ਨਿਆਜ਼ੀ ਨੂੰ 7 ਦਿਨ ਦੀ ਮੌਲਤ ਜਿਹੜੀ ਹੈ ਉਹ ਦੇ ਦਿੱਤੀ ਗਈ ਹੈ ਹੁਣ ਤੁਸੀਂ ਕਹਿਣਾ ਵੀ ਜੇ 7 ਦਿਨ ਦੀ ਨਵੀਂ ਮੌਲਤ ਜਿਹੜੀ ਹੈ ਕਿੱਥੋਂ ਆ ਗਈ ਇਹ ਭਾਈ ਜੀ ਮੈਂ ਆਪਣੇ ਪੱਲੇਉ ਨਹੀਂ ਕਹਿ ਰਿਹਾ ਇਹ ਜਿਹੜੀ ਮੌਲਤ ਨਾਲ 7 ਦਿਨ ਦੀ ਇਹ ਬੜੀਆਂ ਜਗ੍ਹਾ ਤੋਂ ਖਾਨ ਸਾਹਿਬ ਨੂੰ ਮੁਬਈਨਾ ਤੌਰ ਤੇ ਦਿੱਤੀ ਗਈ ਹੈ ਉਹਦੇ ਵਿੱਚ ਇੱਕ ਛੋਟੀ ਜੀ ਗੱਲ ਜਿਹੜੀ ਹੈ ਇਹ ਮੈਂ ਤੁਹਾਨੂੰ ਦੱਸ ਜਨਾ ਬਈ ਇਹ 7 ਦਿਨਾਂ ਦੀ ਮੌਲਤ ਜਿਹੜੀ ਹੈ ਇਹ ਕਿਉਂ ਦਿੱਤੀ ਗਈ ਔਰ ਕਿਸ਼ਤ ਕਿਸ ਹਾਸਤੇ ਦਿੱਤੀ ਗਈ ਆਖਰ ਮੁੱਲਤ ਦੀ ਕੋ وجہ ਹੁੰਦੀ ਹੈ ਨਾ ਕਿ ਭਾਈ ਤੂੰ ਪੰਜਾਂ ਦਿਨਾਂ ਦੇ ਵਿੱਚ ਜਿਹੜਾ ਇਹ ਗੱਡੀ ਸਾਫ ਕਰ ਦੇਣੀ ਹੈ ਜਾਂ ਇਹ ਫਲਾਣਾ ਕੰਮ ਕਰ ਦੇਣਾ ਹੈ ਜਾਂ ਇਹ ਦਸਖਤ ਕਰ ਦੇਣੇ ਨੇ ਜਾਂ ਸੌ ਚੀਜ਼ਾਂ ਹੁੰਦੀਆਂ ਨਾ ਬੈ ਜੀ ਉਹਨੂੰ ਮੁੱਲ ਜਿਹੜੀ ਉਹ ਕਿਸ ਚੀਜ਼ ਦੀ ਦਿੱਤੀ ਔਰ ਕਿੰਨੇ ਦਿੱਤੀ ਔਰ ਉਹਦੇ ਪਿੱਛੇ ਕੀ ਮੁਹਰਕਤ ਨੇ ਔਰ ਗੇਮ ਕੀ ਹੁੰਦਾ ਐਂ ਜੇ ਬੇ 2 4 ਦਿਨ ਪਹਿਲੀ ਗੱਲ ਹੈ ਗੱਲ ਬੜੀ ਸੁਣਨ ਵਾਲੀ ਜੇ ਧਿਆਨ ਕਰ ਲੈ ਜ ਪੱਲੇ ਵੀ ਬਣ ਲਿਆ ਜੀ 2-4 ਦਿਨਾਂ ਦੇ ਜਿਹੜੇ ਪਿਛਲੇ ਗੁਜ਼ਰੇ ਰੇ ਨਾ ਨਿਆਜ਼ ਦੀ ਬੇਚੈਨੀ ਤੁਸੀਂ ਚੈੱਕ ਕਰੋ ਉਹਦੀ ਬਾਡੀ ਲੈਂਗੁਏਜ ਚੈੱਕ ਕਰੋ ਕਿ ਕਿਸ ਤਰ੍ਹਾਂ ਉਹ ਤਲਪਟ ਹੋ ਚੁੱਕਿਆ ਮੈਨੂੰ ਲੱਗਦਾ ਹੈ ਬਈ ਉਹ ਸੌਂਦੇ ਹੀ ਕੋ ਨਹੀਂ ਪਿਆ ਹੁਣ ਪਿਛਲੇ 7-8 ਦਿਨਾਂ ਤੋਂ ਉਹ ਜਿਹੜਾ ਉਹ ਜਿਹੜੀ ਉਹ ਚੀਜ਼ ਉਹ ਚਿੱਟੀ ਜਿਹੀ ਗੋਲੀ ਜਿਹੜੀ ਆ ਤੇ ਉਹਨੂੰ ਕੋਟ ਕੇ ਤੇ ਉਹ ਜਿਹੜੀ ਛਾੜਦੇ ਨੇ ਮੈਨੂੰ ਲੱਗਦਾ ਹੈ ਉਹ ਚਿੱਟਾ ਜਿਹੜਾ ਉਹ ਛਾੜ ਕੇ ਤੇ ਚਾੜੀ ਰੱਖਦੇ ਬਦ ਨੀਂਦਰ ਹੀ ਨਹੀਂ ਆਉਂਦੀ ਨੇਂਦੀ ਦੇ ਬੰਦੇ ਨੂੰ ਆਂਦੀ ਹਫਤਾ ਹਫਤਾ ਕੋਈ ਇੰਦਾ ਕੋ ਸਿਸਟਮ ਹੀ ਉਹ ਕਰਦਾ ਉਹ ਦੱਸਣ ਵਾਲੇ ਦੱਸਦੇ ਨੇ ਉਹ ਕਹਿੰਦੇ ਨੇ ਪਿਛਲੇ ਇਹ 3 4 ਦਿਨ ਨੇ ਨਾ ਉਹਨਾਂ ਦੇ ਵਿੱਚ ਇੱਕ ਦਿਨ ਸ਼ਾਮ ਦਾ ਟਾਈਮ ਯਾ ਰਾਤ ਦਾ ਕਹਿ ਲਓ ਮਾਈ ਜਿਹੜੀ ਹੈ ਨਾ ਮਾਈ ਮਾਈ ਇਹ ਆਪਣੇ ਕੋਈ ਲੜਾ ਕੇ ਨਾ ਸੋਰਸਸ ਤੇ ਇਹਨੂੰ ਨਾਲ ਲੈ ਕੇ ਜਾਂਦੀ ਏ ਕਿਸੇ ਵੱਡੇ ਦੇ ਵੱਡੇ ਦੇ ਘਰ ਕਿਸੇ ਦੇ ਘਰ ਕਿਸੇ ਵੱਡੇ ਘਰ ਪਤਾ ਨਹੀਂ ਉਹ ਕਿਹੜਾ ਵੱਡਾ ਘਰ ਹੈ ਮੈਨੂੰ ਤੇ ਨਹੀਂ ਪਤਾ ਨਾ ਮੈਂ ਤੇ اسلامਾਬਾਦ ਗਿਆ ਵੀ ਪਤਾ ਨਹੀਂ ਮੈਂ ਬਚਪਨ ਵਿੱਚ ਕਿਦਾਰੇ ਗਿਆ ਸੀ اسلامਾਬਾਦ ਮੈਨੂੰ ਨਹੀਂ ਪਤਾ ਉੱਥੇ ਕਿਹੜੇ ਕਿਹੜੇ ਵੱਡੇ ਘਰ ਨੇ ਉਹ ਸਰਕਾਰ ਨਾਲ ਉਹ ਮਾਈ ਜਿਹੜੀ ਆਪਣੇ ਉਹਨੇ ਕੋਈ ਉਹ ਦਾਣੇ ਉਹਨੇ ਰਲਾ ਕੇ ਨਾ ਤੇ ਕੋਈ ਫੋਨ ਕਮਾ ਕੇ ਜਾਂ ਕਿਧਰੋਂ ਸੱਜਿਓ ਖਬਿਓ ਤਰਲਾ ਮਿੰਦੀਆਂ ਕੋ ਤਲਕ ਵਾਸਤਾ ਕੋ ਰਿਸ਼ਤੇਦਾਰ ਕੋਈ ਖਾਲਾ ਦਾ ਬੇਟਾ ਮਾਸੀ ਦਾ ਫਲਾਣਾ ਸੱਜੇ ਖਬਿਓ ਕਰ ਕੇ ਮਾਈ ਨੇ ਕੋ ਜਮਾ ਤਫਰੀਕ ਕਰਕੇ ਨਾ ਮਾਈਨ ਲੈ ਜਾਂਦੀ ਉੱਥੇ ਕਿ ਮੈਂ ਤੇਰੀ ਸੁਲ੍ਹਾ ਕਰਾ ਦੇਨੀ ਆ ਕਿਸੇ ਮਿੱਠੇ ਨਾਲ ਕੁਮਾ ਵਿਸ਼ਾ ਵੀ ਮੰਗ ਲੈਨੇ ਆ ਕੋ ਕੋ ਖੈਰ ਦਾ ਪੈਗਾਮ ਲੈ ਜਾਣਾ ਜੀ ਛੱਡੋ ਜੀ ਇਹ ਇਹ ਰਾਤ ਗਈ ਬਾਤ ਗਈ ਲੜਾਈਆਂ ਹੁੰਦੇ ਰਿੰਦੀਆਂ ਘਰਾਂ ਚ ਵੀ ਹੋ ਜਾਂਦੀਆਂ ਤੇ ਛੱਡੋ ਅੱਗੇ ਚੱਲੀਏ ਬਸ ਜਿਹੜਾ ਨਾ ਇਹ ਕੀ ਕਰਦੇ ਉਹ ਮਾਈ ਜਿਹੜੀ ਉਹ ਲੈ ਜਾਂਦੀ ਉਹਨੂੰ ਤੇ ਉੱਥੋਂ ਜਿਹੜੀ ਗੱਲ ਕੋ 2-4 ਘੰਟੇ ਤੱਕ ਜਿਹੜੇ ਬੈਠੇ ਹੋਣੇ ਨਾ ਇਹ ਹੁਣ ਸੰਤ ਨਹੀਂ ਪਤਾ ਨਾ ਮੈਂ ਕਿੰਨੇ ਘੰਟੇ ਹੋਈਆਂ ਕੀ ਹੋਇਆ ਜਾਂ ਕਿਹਦੇ ਨਾਲ ਉਹ ਬੈਠੇ ਇਹ ਵੀ ਸੰਨ ਨਹੀਂ ਪਤਾ ਉਹ ਉੱਥੋਂ ਖੈਰ ਨਹੀਂ ਪਈ ਉਹ ਕਿਸੇ ਦੇ ਨਾਲ ਮੁਲਾਕਾਤ ਸੀ ਤੇ ਉਹ ਕਿਸੇ ਨੇ ਕਿਹਾ ਕਿ ਜੀ ਉਹ ਗੇਮਾਂ ਹੁਣ ਖਤਮ ਹੋ ਗਈਆਂ ਹੁਣ ਤੇ ਐਨੇ ਪਾਕਿਸਤਾਨ ਦੇ ਮੁਤਾਬਕ ਇਹ ਇਹ ਅਦਾਰਿਆਂ ਨੇ ਚੱਲਣਾ ਹੈ ਲਿਆਦਾ ਅਦਾਰੇ ਜਿਹੜੇ ਨੇ ਉਹ ਨਿਊਟਰਲ ਨੇ ਅਦਾਰਾ ਕਿਸੇ ਦੇ ਵੀ ਨਹੀਂ ਹੈ ਆਵਾਮ ਹੈ ਪਾਕਿਸਤਾਨ ਦੀ ਜਿਹੜੀ ਅਮਾਨਤ ਹੈ ਔਰ ਜੋ ਆਇਨ ਦੇ ਵਿੱਚ ਲਿਖਿਆ ਉਹਦੇ ਮੁਤਾਬਕ ਸਾਰੀਆਂ ਗੱਲਾਂ ਹੋਣੀਆਂ ਨੇ ਲਿਹਾਜ਼ਾ ਹੁਣ ਅਦਾਰੇ ਕੋਲੋਂ ਕੋਈ ਵੀ ਸਿਆਸੀ ਪਾਰਟੀ ਜਾਂ ਆਪੋਜੀਸ਼ਨ ਜਾਂ ਹਕੂਮਤ ਜਾਂ ਖਾਨ ਸਾਹਿਬ ਜਾਂ ਕੋਈ ਉਹ ਇਹ ਉਮੀਦ ਨਾ ਰੱਖਣ ਕਿ ਅਸੀਂ ਉਹਨਾਂ ਨੂੰ ਜਿਹੜਾ ਇਹ ਰੈਸਕਿਊ ਕਰਾਂਦੇ ਜਾਂ ਉਹਨਾਂ ਨੂੰ ਮਦਦ ਦੇਾਂਗੇ ਜਾਂ ਉਹਨਾਂ ਵਾਸਤੇ ਸੀ ਆਪੋਜੀਸ਼ਨ ਨੂੰ ਬੰਦ ਕਰਾਂਗੇ ਜਾਂ ਲੜਾਂਗੇ ਜਾਂ ਗ੍ਰਿਫਤਾਰੀਆਂ ਕਰਾਂਗੇ ਜਾਂ ਰਸਤੇ ਰੋਕਾਂਗੇ ਜਾਂ ਫੋਨ ਕਰਾਂਗੇ ਜਾਂ ਕੋਈ ਤਰਾਹ ਕਰਾਂਗੇ ਜਾਂ ਧਮਕੀਆਂ ਦੇਾਂਗੇ ਇਹ ਹੁਣ ਅਧਾਰਾ ਜਿਹੜਾ ਇਹ ਸਾਡਾ ਨਹੀਂ ਕਰ ਸਕਦਾ ਇਹ ਹੁਣ ਆਈਨੇ ਪਾਕਿਸਤਾਨ ਦੇ ਮੁਤਾਬਕ ਚੱਲਣਾ ਹੈ ਉਮਾਈ ਜਿਹੜੀ ਉਹਦੀ ਵੀ ਇਹ ਕੁਛ ਜਿਹੜੀ ਇਨਕਾਮ ਹੋ ਗਈ ਉਹ ਉਸ ਤੋਂ ਬਾਅਦ ਫਿਰ ਜਿਹੜੇ ਜ਼ਹਿਰੀ ਗੱਲ ਦੇ ਜਿਹੜੇ ਉਹ ਬੰਦੇ ਨੇ ਜਿਹੜੇ ਇਹਨਾਂ ਚੀਜ਼ਾਂ ਦੇ ਉੱਤੇ ਨਜ਼ਰ ਰੱਖਦੇ ਨੇ ਜਾਂ ਉਹ ਇਹ ਐਸਾ ਹਲਕਾ ਆਬ ਹੁੰਦਾ ਹੈ ਜਿਹਦੇ ਚੀਜ਼ਾਂ مشترਕ ਆ ਜਾਂਦੀਆਂ ਨੇ ਬਈ ਉੱਥੋਂ ਫਿਰ ਗੱਲ ਬਾਹਰ ਨਿਕਲ ਆਂਦੀ ਏ ਕਿ ਨਿਆਜ਼ੀ ਔਰ ਮਾਈ ਜਿਹੜੇ ਨੇ ਇਹਨਾਂ ਕੋ ਕੋਸ਼ਿਸ਼ ਕੀਤੀ ਕਿਸੇ ਵੱਡੇ ਦੇ ਵੱਡੇ ਨੂੰ ਚਾਚੇ ਬਾਬਿਓ ਕਿਸੇ ਨੂੰ ਮਿਲ ਕੇ ਤੇ ਕੋਈ ਸੁਲਾ ਸਫਾਈ ਦੀ ਉਹ ਹੋ ਜਾਂਦੀ ਹੈ ਨਕਾਮ ਉਸ ਤੋਂ ਬਾਅਦ ਅੱਗੇ ਆਜੋ ਬਈ ਨਿਆਜ਼ੀ ਨੂੰ ਫਿਰ 7 ਦਿਨ ਦੀ ਮੁੱਲ ਜਿਹੜੀ ਉਹ ਕੌਣ ਦਿੰਦਾ ਜਦੋਂ ਪਤਾ ਲੱਗਦਾ ਹੈ ਬਈ ਇਹ ਆਖਰੀ ਕੋਸ਼ਿਸ਼ ਵੀ ਕਰ ਲਈ ਆ ਜਾ ਕੇ ਕੁਸਰ ਰਗੜਿਆਗਾ ਕਿ ਕਿਤੇ ਛਿਤੇ ਫੜੇ ਹੋਣਗੇ ਗੋਡੇ ਕਿਤੇ ਕਿ ਜੀ ਮaaf ਕਰ ਦਿਓ ਮਾਫੀ ਚਲਾਫੀ ਹੋ ਜਾਂਦੀ ਏ ਉਹ ਫਿਰ ਜਦੋਂ ਉਹਨਾਂ ਨੂੰ ਪਤਾ ਲੱਗਦਾ ਨਾ ਆਪੋਜੀਸ਼ਨ ਨੂੰ ਕਿ ਇਹ ਹੁਣ ਆਖਰੀ ਜਿਹੜੀ ਹੈ ਨਾ ਇਹਨੇ ਕੋਸ਼ਿਸ਼ ਕਰ ਲਈ ਆ ਮਾਈ ਨੂੰ ਨਾਲ ਲਾ ਜਾ ਕੇ ਕੋਈ ਜਾਦੂ ਟੂਣਾ ਕੋਈ ਸੱਜਾ ਖੱਬਾ ਵੀ ਕਰ ਲਿਆ ਉਸ ਦਾ ਪਹਿਲੇ ਅੱਛਾ ਐਡਾ ਬੁੱਸਦਲ ਆ ਉਹ ਮਾਈ ਨੇ ਇਹਨੂੰ ਪਿਛਲੇ ਮਹੀਨੇ ਕਿਹਾ ਸੀ ਕਿ ਇੱਕ ਹਫਤਾ ਤੂੰ ਕਾਲੇ ਕੱਪੜੇ ਪਾਣੇ ਨੇ ਉਹ ਹਜੇ ਤੱਕ ਹੀ ਉਹ ਸੂਟ ਹੀ ਨਹੀਂ ਪਹਿਲਾਂਦਾ ਐਡਾ ਕੋਈ ਬੁੱਸਦਲ ਆ ਆਦਮੀ ਇੰਨਾ ਡਰ ਗਏ ਆ ਉਹਨੇ ਪਿਛਲੇ ਹਫਤੇ ਕਿਹਾ ਸੀ ਕਿ ਇੱਕ ਜਮਰਾਤ ਤੋਂ ਅਗਲੀ ਜਮਰਾਤ ਤੱਕ ਪਾਣਾ ਕਾਲਾ ਸੂਟ ਉਹ ਐਡਾ ਐਡਾ ਬਾਜ਼ਾਰ ਇਹ ਉਹਨੇ ਲਾਇ ਹੀ ਨਹੀਂ ਉਹਦੇ ਚ ਲਗਾ ਫਿਰਦੀ ਫਿਰ ਵੀ ਜਾ ਰਿਹਾ ਮਤੇ ਮੈਂ ਕਾਲਾ ਸੂਟ ਲਾਇਆ ਤੇ ਮੇਰੀ ਠੁੱਕ ਜਾ ਅੱਜ ਜੀ ਉਹ ਮੈਦ ਨਾਲ ਜਾ ਕੇ ਵੀ ਉਹਦੀ ਗੱਲ ਨਹੀਂ ਬਣੀ ਤੇ ਫਿਰ ਆਪੋਜੀਸ਼ਨ ਕੋਲ ਵੀ ਥੈੜੀ ਗੱਲ ਰਿਪੋਰਟਾਂ ਆ ਜਾਂਦੀਆਂ ਉਹਨਾਂ ਨੇ ਫਿਰ مشترਕਾ ਤੌਰ ਤੇ ਇੱਕ ਕਲ ਦੇ ਨੇ ਸੁਨਿਆ ਸਦਾ ਕਰਦੇ ਨੇ ਪੈਗਾਮ ਕਰਦੇ ਨੇ ਚਿੱਠੀ ਕਰਦੇ ਨੇ ਨਿਆਜ਼ੀ ਨੂੰ ਡਾਇਰੈਕਟ ਕਿ ਨਿਆਜ਼ੀ ਸੱਤਾਂ ਦਿਨਾਂ ਦੇ ਵਿੱਚ ਵਿੱਚ ਅਸਤੀਫਾ ਦੇ ਕੇ ਨਿਕਲ ਜਾ ਵਰਨਾ ਅਸਾਂ ਤੈਨੂੰ ਉਸ ਜਗ੍ਹਾ ਤੇ ਪਹੁੰਚਾ ਦੇਣਾ ਜੇ ਤੂੰ ਸੋਚ ਨਹੀਂ ਸਕਦਾ ਤੇਰੇ ਕੋਲ 7 ਦਿਨ ਨੇ ਚੁੱਪ ਕਰਕੇ ਅਸਤੀਫਾ ਦੇ ਕੇ ਤੇ ਫਲਾਈਟ ਫੜ ਤੇ ਲੰਡਨ ਨਿਕਲ ਜਾ ਅਗਰ ਇੱਥੇ ਰਵੇਂਗਾ ਤਾਂ ਜੇਲ੍ਹ ਜਾਣਾ ਪਏਗਾ ਡਿਆਲਾ ਜੇਲ੍ਹ ਸਿੱਧਾ ਇਹ ਨਹੀਂ ਹੋ ਸਕਦਾ ਬਾਕੀ ਸਾਰੇ ਵਜ਼ੀਰ ਆਦਮ ਜਿਹੜੇ ਨੇ ਉਹ ਦਫਤਰੋਂ ਨਿਕਲੋਂ ਤੇ ਜੇਲ ਤੇ ਤੂੰ ਜਿਹੜਾ ਹੈਂ ਬਚ ਜਾ ਤਿਕੜਤਰਾ ਔਰ ਨਿਕਲ ਜਾ 7 ਦਿਨ ਦੀ ਮੌਲਤ ਹੀ ਫਿਰ ਨਾ ਕਹੀਂ ਬਈ ਆਪੋਜੀਸ਼ਨ ਜਿਹੜੀ ਹੈ ਨਾ ਮੇਰੇ ਨਾਲ ਜਾਤੀ ਕੀਤੀ ਅਸੀਂ ਫਿਰ ਵੀ ਤੈਨੂੰ 7 ਦਿਨ ਦੀ ਮੌਲਤ ਦੇਵੇਂ ਅਸੈਂਬਲੀਆਂ ਤੋੜ ਅਸਤੀਫਾ ਦੇ ਜੋ ਵੀ ਤੂੰ ਕਰਨਾ ਦੋ ਰਸਤੇ ਨੇ ਜਾਂ ਅਸਤੀਫਾ ਦੇ ਦੇ ਤੇ ਜਾਂ ਅਸੈਂਬਲੀਆਂ ਤੋੜ ਦੇ ਤੇ ਤਿਤਰੀਆਂ ਪਟ ਜਾ ਥੋਂ ਨਿਕਲ ਜਾ ਏ اپੋਜੀਸ਼ਨ ਨੇ مشترਕਾ ਤੌਰ ਤੇ ਇਹ ਮੈਸੇਜ ਜਿਹੜਾ ਨਾ ਉਹਨੂੰ ਪਹੁੰਚਾਇਆ ਪਹੁੰਚਾਇਆ ਵੀ ਅੱਜ ਕਿ ਨਿਕਲ ਜਾ ਕਿਉਂਕਿ ਉਹਨੂੰ ਪਤਾ ਲੱਗ ਗਿਆ ਵੀ ਇਹ ਅੰਦਰੋਂ ਤੇ ਫੱਡਾ ਵੀ ਹੋਇਆ ਇਹ ਲੜ ਵੀ ਪੈ ਨੇ ਆਪਸ ਵਿੱਚ ਤੇ ਉੱਥੇ ਚੰਗੀ ਪਲੀ ਲਿੱਤਰੋ ਲਿੱਤਰ ਹੋਏ ਨੇ ਤੇ ਲੀਰੋ ਲੀਰ ਨਾਲ ਆਪਸ ਵਿੱਚ ਕੀਤੀ ਏ ਤੇ ਉੱਥੇ ਨੇ ਕਿਹਾ ਮੈਂ ਤੋੜ ਦਿਆਂਗਾ ਅਸੈਂਬਲੀ ਆ ਮੈਂ ਸਾਰਿਆਂ ਨੂੰ ਫਰਕ ਕਰ ਦਿਆਂਗਾ ਮੈਂ ਇਹ ਕਰ ਦਿਆਂਗਾ ਉਹ ਸਾਰੀ ਰਿਪੋਰਟ ਇਹਨਾਂ ਕੋਲ ਆ ਗਈ ਅੱਧੇ ਘੰਟੇ ਚ ਇਹਨਾਂ ਫਿਰ ਕਹ ਲਿਆ ਮੈਸੇਜ ਇਨਾ ਕਾ ਬੇ ਸੱਤਾਂ ਦਿਨਾਂ ਦੀ ਮੌਲਵਤੀ ਮਿਠਿਆ ਜਾਂ ਅਸਤੀਫਾ ਦੇ ਦੇ ਜਾਂ ਅਸੈਂਬਲੀਆਂ ਤੋੜ ਦੇ ਇਹ ਦੋਨੋਂ ਕੰਮ ਵਿੱਚ ਇੱਕ ਕੰਮ ਕਰਕੇ ਤੇ ਨਿਕਲ ਜਾ ਇਥੋਂ ਤੈਨੂੰ ਰਸਤਾ ਦੇ ਦੇਾਂਗੇ ਨਿਕਲਣ ਦਾ ਜਿਵੇਂ ਸ਼ਹਾਦ ਅਕਬਰ ਨਿਕਲ ਗਿਆ ਨਾ ਤੇਰੇ ਕੋਲੋਂ ਇਸ ਤਰ੍ਹਾਂ ਅਸੀਂ ਵੀ ਤੈਨੂੰ ਰਸਤਾ ਦੇ ਦੇਾਂਗੇ ਤੇਰਾ ਨਾਮ ਇਸੀ ਅਲਛ ਨਹੀਂ ਪਾਵਾਂਗੇ ਇਹ ਉਹਨੂੰ ਪੈਗਾਮ ਜਿਹੜਾ ਇਹ ਆਪੋਜੀਸ਼ਨ ਨੇ ਇਹ ਠੋਕ ਵਜਾ ਕੇ ਭਾਈ ਦਿੱਤਾ ਕਿ ਜੇ ਬਚਣਾ ਹੀ ਜੇਲ ਤੋਂ ਤੇ ਹੱਸ ਜਾ ਹਣੀ ਅਸ਼ਵਾਜ਼ ਗਿਲ ਮੁਰਾਦ ਸੈਦ ਇਹਨਾਂ ਨੂੰ ਨਾਲ ਲਾਇ ਸੱਜੇ ਖੱਬੇ ਚੋਰੀਆਂ 'ਚ ਬਿਠਾ ਨਿਕਲ ਜਾ ਬਾਅਦ ਚ ਉਹਨਾਂ ਕਹਿਣਾ ਕਿ ਜ਼ਿਆਤੀ ਹੋਈ ਮੇਰੇ ਤੇ ਇਹ ਉਹ 70 ਦਿਨਾਂ ਦੀ ਮੌਲਤ ਸੀ ਜਿਹੜੀ ਆਪੋਜੀਸ਼ਨ ਨੇ ਨਿਆਜ਼ੀ ਨੂੰ ਦਿੱਤੀ ਕਿ ਭਾਈ ਦੌੜ ਸਕਣਾ ਤੇ ਦੌੜ ਲੈ ਵਰਨਾ ਅਡਿਆਲਾ ਜੇਲ ਜਿਹੜਾ ਉਹ ਤੈਨੂੰ ਜਾਣਾ ਪੈਗਾ